ਇਹ ਹੱਸਦੀ ਖੇਡਦੀ ਪਿਆਰੀ ਕੁੜੀ ਜਿਸਨੂੰ ਮਾਪਿਆਂ ਨੇ ਵਿਆਹ ਦਿੱਤਾ ਸੀ ਅਤੇ ਇਹ ਕੁੜੀ ਕਹਿੰਦੀ ਸੀ ਕਿ ਮੈਂ ਅਫਸਰ ਬਣਨਾ। ਗ੍ਰੈਜੂਏਸ਼ਨ ਕਰਵਾਉਣ ਤੋਂ ਬਾਅਦ ਉਸਨੂੰ ਅਗਲੇ ਘਰ ਭੇਜ ਦਿੱਤਾ ਗਿਆ, ਪਰ ਸਹੁਰੇ ਪਰਿਵਾਰ ਦੇ ਵਿੱਚ ਨਾ ਤਾਂ ਉਸ ਕੁੜੀ ਦੀ ਇੱਕ ਸੁਣੀ ਗਈ ਅਤੇ ਨਾ ਹੀ ਕੋਈ ਗੱਲ ਮੰਨੀ ਗਈ। ਅਜਿਹਾ ਉਸ 'ਤੇ ਕਹਿਰ ਢਾਇਆ ਜਾਂਦਾ ਸੀ ਕਿ ਦਿਨ ਰਾਤ ਕਦੇ ਪੈਸੇ ਦੀ ਅਤੇ ਕਦੇ ਗੱਡੀ ਦੀ ਮੰਗ ਕੀਤੀ ਜਾਂਦੀ। ਮਜਬੂਰ ਪਿਤਾ ਆਪਣੀ ਧੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਰਿਹਾ ਤਾਂ ਜੋ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਵਸੀ ਰਹੇ। ਸਹੁਰਿਆਂ ਦੇ ਵੱਲੋਂ ਕਦੇ ਸੋਨੇ ਦੀ, ਕਦੇ ਏਸੀ ਦੀ ਅਤੇ ਹੁਣ ਗੱਡੀ ਦੀ ਡਿਮਾਂਡ ਚੱਲ ਰਹੀ ਸੀ। ਇਸ ਤੋਂ ਇਲਾਵਾ ਇਸ ਕੁੜੀ ਦੇ ਬੱਚਾ ਨਾ ਹੋਣ ਕਰਕੇ ਕਈ ਤਰ੍ਹਾਂ ਦੇ ਟੈਸਟ ਕਰਵਾਏ ਗਏ ਅਤੇ ਇਸੇ ਗੱਲ ਨੂੰ ਲੈ ਕੇ ਇਸਨੂੰ ਤਾਨੇ ਮੇਣੇ ਵੀ ਮਾਰੇ ਜਾਂਦੇ ਸੀ। ਹੁਣ ਹਾਲਾਤ ਇਹੋ ਜਿਹੇ ਬਣੇ ਕਿ ਸਹੁਰਾ ਪਰਿਵਾਰ ਨੇ ਕੁੜੀ ਨੂੰ ਹੀ ਖਤਮ ਕਰ ਦਿੱਤਾ। ਮਾਪਿਆਂ ਦੀ ਲਾਡਲੀ ਧੀ ਜੋ ਕਿ ਪੜ੍ਹ ਲਿਖ ਕੇ IPS ਅਫਸਰ ਬਣਨਾ ਚਾਹੁੰਦੀ ਸੀ, ਉਸਦੇ ਲਈ ਉਹ ਪੜ੍ਹਾਈ ਵੀ ਕਰ ਰਹੀ ਸੀ ਅਤੇ ਮਿਹਨਤ ਵੀ। ਪਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਦੇ ਵੱਲੋਂ ਉਸਨੂੰ ਇਸ ਕਦਰ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ ਕਿ ਉਸਦੀ ਪੜ੍ਹਾਈ ਤਾਂ ਛੁੱਟੀ ਗਈ ਅਤੇ ਨਾਲ ਹੀ ਉਹ ਆਪਣੀ ਜ਼ਿੰਦਗੀ ਤੋਂ ਵੀ ਜਾਂਦੀ ਰਹੀ। ਇਸ ਮੌਕੇ 'ਤੇ ਕੁੜੀ ਦੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਕਦੇ ਸਾਡੇ ਤੋਂ ਸੋਨੇ ਦੀ ਮੰਗ ਕੀਤੀ ਜਾਂਦੀ ਸੀ ਜੋ ਮੈਂ ਪੂਰੀ ਕੀਤੀ ਅਤੇ ਬਾਅਦ ਦੇ ਵਿੱਚ AC ਦੀ। AC ਵੀ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਦੇ ਦਿੱਤਾ ਗਿਆ ਸੀ, ਪਰ ਹੁਣ ਗੱਡੀ ਦੀ ਡਿਮਾਂਡ ਅਤੇ ਬੱਚਾ ਨਾ ਹੋਣ ਕਰਕੇ ਇਸ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਮੌਕੇ 'ਤੇ ਦੁਖੀ ਪਿਤਾ ਦੇ ਵੱਲੋਂ ਇੱਕ ਗੱਲ ਦੱਸੀ ਗਈ ਹੈ। ਰੋਂਦੇ ਗੁਰਲਾਂਦੇ ਪਿਤਾ ਨੇ ਦੱਸਿਆ ਕਿ ਉਸਦੀ ਧੀ ਬੜੀ ਹੋਣਹਾਰ ਸੀ ਅਤੇ ਉਸਨੇ ਇੱਕ ਵੱਡੀ ਅਫਸਰ ਬਣਨਾ ਸੀ, ਪਰ ਇਹਨਾਂ ਲਾਲਚੀਆਂ ਦੇ ਕਰਕੇ ਉਹ ਇਸ ਦੁਨੀਆ ਤੋਂ ਜਾ ਚੁੱਕੀ ਹੈ। ਅਜਿਹੀ ਮੰਦਭਾਗੀ ਖਬਰ ਸਾਹਮਣੇ ਆਉਣ ਤੋਂ ਬਾਅਦ ਲੋਕ ਵੀ ਦੰਗ ਰਹਿ ਗਏ ਕਿ ਇੰਨੀ ਸੋਹਣੀ ਜਵਾਨ ਕੁੜੀ ਦੇ ਨਾਲ ਸਹੁਰਾ ਪਰਿਵਾਰ ਦੇ ਵੱਲੋਂ ਆਖਿਰਕਾਰ ਅਜਿਹਾ ਕਿਉਂ ਕੀਤਾ ਗਿਆ। ਬੱਚਾ ਨਾ ਹੋਣ ਕਰਕੇ ਉਸਨੂੰ ਤਾਨੇ ਮੇਣੇ ਮਾਰੇ ਜਾਂਦੇ ਸੀ, ਦਾਜ ਦਹੇਜ ਦੀ ਮੰਗ ਕੀਤੀ ਜਾਂਦੀ ਸੀ ਅਤੇ ਇਹਨਾਂ ਗੱਲਾਂ ਤੋਂ ਹੀ ਹੁਣ ਪਰੇਸ਼ਾਨ ਵਿਆਹੁਤਾ ਦੀ ਜਾਨ ਵੀ ਲੈ ਲਈ ਗਈ। ਇੱਕ ਮੰਦਭਾਗੀ ਘਟਨਾ ਬਠਿੰਡੇ ਵਿਖੇ ਵਾਪਰੀ ਹੈ। ਬਠਿੰਡਾ ਦੇ ਪਿੰਡ ਝੁੰਬਾ ਦੇ ਵਿੱਚ ਇੱਕ ਵਿਆਹੁਤਾ ਨੇ ਜਿੱਥੇ ਪਤਾ ਲੱਗਿਆ ਕਿ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਹੀ ਰਹਿ ਰਹੀ ਸੀ, ਉਸਦੇ ਨਾਲ ਇਹ ਦਰਿੰਦਗੀ ਭਰਿਆ ਕੰਮ ਹੋਇਆ। ਦੱਸਿਆ ਜਾ ਰਿਹਾ ਕਿ ਬੱਚਾ ਨਾ ਹੋਣ ਕਾਰਨ ਹੀ ਸਹੁਰਾ ਪਰਿਵਾਰ ਦੇ ਵੱਲੋਂ ਲੜਕੀ ਨੂੰ ਤਾਨੇ ਮੇਣੇ ਮਾਰੇ ਜਾਂਦੇ ਸੀ ਅਤੇ ਲੜਕੀ ਦੇ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸਹੁਰਾ ਪਰਿਵਾਰ ਨਿੱਤ ਦਿਨ ਦਾਜ ਦਹੇਜ ਦੀ ਮੰਗ ਕਰਦਾ ਸੀ, ਹਰ ਰੋਜ਼ ਨਵੀਂ ਤੋਂ ਨਵੀਂ ਚੀਜ਼ ਮੰਗਦਾ ਸੀ। ਸਾਰੀਆਂ ਡਿਮਾਂਡਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਸਦੀ ਕੁੜੀ ਨੂੰ ਘਰ ਦੇ ਵਿੱਚ ਖੁਸ਼ੀ ਖੁਸ਼ੀ ਨਹੀਂ ਰਹਿਣ ਦਿੱਤਾ ਜਾਂਦਾ ਸੀ। ਬੀਤੇ ਦਿਨੀ ਕੁੜੀ ਨੇ ਆਪਣੇ ਪੇਕੇ ਪਰਿਵਾਰ ਫੋਨ ਕਰਕੇ ਕਿਹਾ ਸੀ ਕਿ ਮੈਨੂੰ ਇੱਥੋਂ ਲੈ ਜਾਵੋ, ਤਾਂ ਪਿਤਾ ਨੇ ਹੌਸਲਾ ਦਿੰਦੇ ਹੋਏ ਇਹੀ ਕਿਹਾ ਕਿ ਸਵੇਰੇ ਤੈਨੂੰ ਆ ਕੇ ਲੈ ਜਾਵਾਂਗੇ। ਪਰ ਉਸ ਤੋਂ ਪਹਿਲਾਂ ਹੀ ਇਸ ਘਰ ਦੇ ਵਿੱਚ ਪਤਾ ਨਹੀਂ ਅੱਧੀ ਰਾਤ ਨੂੰ ਕੀ ਹੁੰਦਾ ਹੈ, ਥੜਕਸਾਰ 3 ਵਜੇ ਹੀ ਕੁੜੀ ਦੇ ਘਰਦਿਆਂ ਨੂੰ ਫੋਨ ਆ ਜਾਂਦਾ ਕਿ ਤੁਹਾਡੀ ਕੁੜੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਸਹੁਰੇ ਪਰਿਵਾਰ ਦੇ ਵਿੱਚ ਨੂੰ ਆਇਆ ਇਹ ਫੋਨ, ਜਿਸ ਨੂੰ ਸੁਣਨ ਤੋਂ ਬਾਅਦ ਪੇਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਚੰਗੀ ਭਲੀ ਕੁੜੀ ਜਿਸ ਦੇ ਨਾਲ ਰਾਤ ਨੂੰ ਪਿਤਾ ਨੇ ਗੱਲ ਕੀਤੀ ਸੀ, ਸਵੇਰੇ ਜਾ ਕੇ ਉਸਨੂੰ ਲੈ ਆਉਣਾ ਸੀ, ਪਰ ਤੜਕਸਾਰ 3 ਵਜੇ ਅਜਿਹੀ ਮੰਦਭਾਗੀ ਘਟਨਾ, ਅਜਿਹੀ ਬੁਰੀ ਖਬਰ ਸੁਣਨ ਨੂੰ ਮਿਲੀ, ਜਿਸ ਤੋਂ ਬਾਅਦ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਕੁਝ ਮਿੰਟਾਂ ਦੇ ਵਿੱਚ ਹੀ ਉਹਨਾਂ ਦੀ ਧੀ ਦੇ ਨਾਲ ਇਹ ਕੀ ਕਰ ਦਿੱਤਾ। ਮ੍ਰਿਤਕਾਂ ਦੇ ਪੇਕੇ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕਿੰਜ ਲੜਕੀ ਨੂੰ ਹਰ ਸਮੇਂ ਤੰਗ ਕੀਤਾ ਜਾਂਦਾ ਸੀ ਅਤੇ ਦਾਜ ਦੀ ਮੰਗ ਪੂਰਾ ਕਰਦੇ ਕਰਦੇ ਪਿਤਾ ਦੇ ਵੀ ਅੱਡੀਆਂ ਘਸ ਚੁੱਕੀਆਂ ਸਨ। ਉਹਨਾਂ ਕਿਹਾ ਕਿ ਸਾਡੀ ਧੀ ਪੜ੍ਹੀ ਲਿਖੀ ਸੀ, 2.5 ਸਾਲ ਤੋਂ ਬੱਚਾ ਨਹੀਂ ਹੋ ਰਿਹਾ ਸੀ, ਜਿਸ ਕਰਕੇ ਉਸਨੂੰ ਹੁਣ ਤੰਗ ਕੀਤਾ ਜਾ ਰਿਹਾ ਸੀ। ਉਸਦੇ ਕਈ ਤਰ੍ਹਾਂ ਦੇ ਟੈਸਟ ਵੀ ਹੋ ਚੁੱਕੇ ਸੀ, ਪਰ ਫਿਰ ਵੀ ਇਸ ਦੇ ਵਿੱਚ ਉਸਨੂੰ ਅਜਿਹੇ ਮਿਹਣੇ ਮਾਰੇ ਜਾਂਦੇ ਸਨ ਕਿ ਉਹ ਬਰਦਾਸ਼ਤ ਨਹੀਂ ਕਰ ਸਕਦੀ ਸੀ। ਪਰੇਸ਼ਾਨ ਹੋ ਕੇ ਹੀ ਅਜਿਹਾ ਕਦਮ ਚੁੱਕਿਆ ਗਿਆ। ਪੀੜਤ ਪਰਿਵਾਰ ਨੇ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਕਰਨ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਾਰੀ ਹੈ ਅਤੇ ਬਣਦੀ ਕਾਰਵਾਈ ਕਰਨ ਦਾ ਪੁਲਿਸ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਹੋ ਚੁੱਕਿਆ ਅਤੇ ਛੇਤੀ ਤੋਂ ਛੇਤੀ ਅਗਲੀ ਕਾਰਵਾਈ ਕਰਦੇ ਹੋਏ ਜਿਹਦੇ ਵੱਲੋਂ ਵੀ ਗਲਤੀ ਕੀਤੀ ਗਈ ਹੈ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਜ਼ਰੂਰ ਦਿੱਤੀ ਜਾਵੇਗੀ। ਮੇਰੀ ਗੁੜੀਆ ਪੜ੍ਹੀ ਲਿਖੀ ਸੀ, ਗ੍ਰੈਜੂਏਸ਼ਨ ਸੀ, ਉਹ ਅੱਗੇ ਵੀ ਪੜ੍ਹਨਾ ਚਾਹੁੰਦੀ ਸੀ, IPS ਅਫਸਰ ਬਣਨਾ ਚਾਹੁੰਦੀ ਸੀ। ਇਹਨਾਂ ਨੇ ਮਿਲੀ ਭੁਗਤ ਕਰਕੇ ਆਪਦਾ ਯੋਜਨਾ ਤਹਿਤ ਬਣਾ ਕੇ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ। ਸਿਆਉਣਾ ਵੀ ਮੰਗਿਆ, ਸਿਆਉਣਾ ਵੀ ਦੇ ਗਿਆ, AC ਮੰਗਿਆ, ਮੈਂ AC ਵੀ ਦੇ ਗਿਆ, ਹੁਣ ਗੱਡੀ ਦੀ ਮੰਗ ਕਰਦੇ ਸੀਗੇ, ਲੀੜੇ ਧੋਣ ਵਾਲੀ ਮਸ਼ੀਨ ਵੀ ਦਿੱਤੀ, ਸਾਰਾ ਕੁਛ ਮੰਗਦੇ ਸੀ, ਉਹਨੂੰ ਤੰਗ ਪਰੇਸ਼ਾਨ ਜਲੀਲ ਕਰਦੇ ਸੀ। ਆਹਦੇ ਉਹਦੇ ਬੱਚਾ ਨਹੀਂ ਹੁੰਦਾ, ਉਹਦੇ ਸਾਰੇ ਟੂਬਾਂ ਟੈਸਟ ਕਰਾ ਲਈਆਂ, ਸਾਰੀਆਂ ਕਰਾ ਲਈਆਂ, ਧਮਕੀਆਂ ਵੀ ਦਿੰਦੇ ਸੀ ਉਹਨੂੰ ਜੀ। ਹੁਣ ਗੁੜੀਆਂ ਨੇ ਘਰੇ ਵੀ ਗੱਲ ਕੀਤੀ ਸੀਗੀ, ਆਹਦੇ ਕਿ ਡੈਡੀ ਇੱਕ ਮੈਨੂੰ ਕੋਈ ਗੱਲ ਨਹੀਂ ਕਿ ਲੈ ਜਾਊਗਾ, ਕਿਸੇ ਕਿ ਵੀ ਕੋਈ ਗੱਲ ਨਹੀਂ ਪੁੱਤ, ਸਮਝਦੇ ਅਤੇ ਆਪਾਂ ਕੋਈ ਇੰਨੇ ਦਿਨੇ ਗੱਲਬਾਤ ਕਰਾਂਗੇ। ਉਹ ਦਿਨੇ ਕਿ ਇਹਨਾਂ ਨੇ 9:15 ਰਾਤ ਨੂੰ ਸਾਨੂੰ ਫੋਨ ਕਰਤਾ, ਘਰੇ ਸਾਰੀ ਸਾਜ਼ਬਾਜ਼ ਕਰਕੇ ਇਹਨਾਂ ਨੇ ਆਪਦੀ ਮੇਰੀ ਭੁਗਤ ਕਰਕੇ 9:45 ਫੋਨ ਕੀਤਾ
ਆਹ ਵੀ ਤੁਹਾਡੀ ਕੁੜੀ ਐਕਸਪਾਇਰ ਹੋ ਗਈ ਹੈ ਕਿ ਇੱਥੇ ਰੱਖੀ ਬੈਠੇ ਹਾਂ ਤਾਂ ਬਠਿੰਡੇ ਆ ਜਾਓ ਅਸੀਂ ਦੱਸਿਆ ਨਹੀਂ ਕਿਵੇਂ ਐਕਸਪਾਇਰ ਹੋਈ ਹੈ ਕੋਈ ਸਾਨੂੰ ਦੱਸਿਆ ਨਹੀਂ ਇਹਨਾਂ ਨੇ ਕੋਈ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਪਹਿਲਾਂ ਕੁੜੀਆਂ ਨੇ ਫੋਨ ਕੀਤਾ ਇਹ ਪੁੱਛਿਆ ਸੀ ਤੇ ਲੜਕੇ ਦਾ ਬਾਪ ਆਂਦਾ ਕਿ ਵੀ ਐਕਸਪਾਇਰ ਹੋ ਗਈ ਹੋਵੇ ਫਲੋਪ ਹੋਈ ਹੈ ਕਿ ਸੋਨੂੰ ਕੀ ਲੱਗਦਾ ਸਾਨੂੰ ਲੱਗਦਾ ਵੀ ਇਹਨਾਂ ਜੋਰ ਨਾਲ ਰਿਹਾ ਤਾਂ ਆਪਦੀ ਸਕੀਮ ਘੜ ਕੇ ਸਾਰੀ ਜੀ ਚਾਕਾ ਸਾਨੂੰ ਇਹਨਾਂ ਨੇ ਜੀ ਅੱਜ ਇੱਕ ਡਾਕਟਰ ਰੁਕਾ ਮਸੂਲ ਹੋਇਆ ਸੀ ਜਸਵੀਰ ਜਸਪ੍ਰੀਤ ਕੌਰ ਪੁੱਤਰੀ ਪਤਨੀ ਜਸਵਿੰਦਰ ਸਿੰਘ ਵਾਸੀ ਤੁੰਗੇ ਜੀ ਹਸਪੀਟਲ ਪਹੁੰਚੇ ਆਏ ਜੀ ਇੱਕ ਲੜਕੀ ਦੇ ਪਿਤਾ ਸੁਣ ਸੁਣ ਮਲਾਕੀ ਹੋਏ ਜੀ ਉਹਨਾਂ ਜਾਣ ਲੱਗੇ